कि ਬਿਆੰਦਾ ਪੁੱਤ ਸਿੱਧੂ ਮੂਸੇਵਾਲਾ ਆਪਣੇ ਪਿੰਡ ਨਾਲੋਂ ਦਿਲੋਂ ਜੁੜਿਆ ਹੋਇਆ ਸੀ। ਅੱਜ ਪਿੰਡ ਮੂਸਾ ਦੀਆਂ ਗੱਲੀਆਂ ਆਪਣੇ ਸਟਾਰ ਪੁੱਤ ਨੂੰ ਉਡੀਕ ਰਹੀਆਂ ਨੇ। ਮੂਸੇਵਾਲਾ ਜਿਸ ਸਕੂਲ ਦੇ ਵਿੱਚ ਪੜਿਆ ਉਥੋਂ ਦਾ ਸਟਾਫ ਅੱਜ ਉਸ ਦਾ ਬਚਪਨ ਯਾਦਗਾਰ ਪਾਪ ਖੋੜਦਾ ਹੈ। ਚੰਗਾ ਸੁਭਾਅ ਹਰ ਕਿਸੇ ਨਾਲ ਖਿੜੇ ਮੱਥੇ ਮਿਲਦਾ ਤੇ ਸਤਿਕਾਰ ਦਿੰਦਾ। ਇਹ ਸ਼ਬਦ ਹਰ ਉਸ ਸ਼ਖਸ ਦੀ ਜ਼ੁਬਾਨ ਤੇ ਸਨ ਜਿਸ ਨੂੰ ਸਿੱਧੂ ਨਾਲ ਮੁਲਾਕਾਤ ਕਰਨ ਦਾ ਮੌਕਾ ਮਿਲਿਆ ਜਾਂ ਜੋ ਸਿੱਧੂ ਨੂੰ ਬਚਪਨ ਤੋਂ ਲੈ ਕੇ ਹੁਣ ਤੱਕ ਉਸ ਦੇ ਜੀਵਨ ਨੂੰ ਦੇਖਦੇ ਆਏ ਹਨ ਤੇ ਕਹਿੰਦੇ ਹਨ ਕਿ ਸਕੂਲ ਸਿੱਖਿਆ ਦਾ ਮੰਦਰ ਹੈ ਤੇ ਹਰ ਕਿਸੇ ਦਾ ਸਤਿਕਾਰ ਕਰਨ ਦੀ ਸਿੱਖਿਆ ਵੀ ਸਿੱਧੂ ਨੂੰ ਆਪਣੀਆਂ ਉਹਨਾਂ ਅਧਿਆਪਕਾਂ ਤੋਂ ਮਿਲੀ ਜਿਨ੍ਹਾਂ ਨੂੰ ਉਹ ਆਪਣੀ ਮਾਂ ਕਿਹਾ ਕਰਦਾ ਸੀ। ਜ਼ੀ ਮੀਡੀਆ ਦੀ ਟੀਮ ਮਾਨਸਾ ਦੇ ਉਸ ਸਕੂਲ 'ਚ ਪਹੁੰਚੀ ਜਿੱਥੇ ਸਿੱਧੂ ਮੂਸੇਵਾਲਾ ਨੇ ਆਪਣੀ ਨਰਸਰੀ ਤੋਂ 10ਵੀਂ ਤੱਕ ਦੀ ਪੜ੍ਹਾਈ ਪੂਰੀ ਕੀਤੀ ਤੇ ਆਪਣੇ ਹੁਨਰ ਦੀ ਤਲਾਸ਼ ਕੀਤੀ ਜਿਸ ਨੂੰ ਹਰ ਕਿਸੇ ਨੇ ਸਹਰਾਇਆ, ਜਿਸ ਕਾਰਨ ਹੀ ਪੰਜਾਬ ਦੀ ਧਰਤੀ ਨੂੰ ਸੁਪਰ ਸਟਾਰ ਮਿਲਿਆ ਜਿਸ ਨੇ ਵਿਦੇਸ਼ਾਂ ਤੱਕ ਪੰਜਾਬ ਅਤੇ ਪੰਜਾਬੀ ਮਾਂ ਬੋਲੀ ਦਾ ਮਾਣ ਵਧਾਇਆ। ਮੈਂ ਉਹਨੂੰ ਨਰਸਰੀ ਕਲਾਸ ਵਿੱਚ ਪੜ੍ਹਾਇਆ। ਨਰਸਰੀ ਕਲਾਸ ਵਿੱਚ ਉਹ 3.5-4 ਸਾਲ ਦਾ ਆ ਗਿਆ ਸੀ ਆਪਣੇ ਕੋਲ ਸਕੂਲ ਵਿੱਚ, ਅਤੇ ਉਹ ਨਰਸਰੀ ਕਲਾਸ ਤੋਂ ਲੈ ਕੇ ਇੱਥੇ 10th ਤੱਕ ਪੜ੍ਹਿਆ। ਅਤੇ ਸੁਭਾਅ ਦਾ ਬਹੁਤ ਨਰਮ ਸੀ ਸ਼ੁਰੂ ਤੋਂ ਹੀ, ਅਤੇ ਸ਼ਰਾਰਤੀ ਤਾਂ ਬਿਲਕੁਲ ਵੀ ਨਹੀਂ ਸੀ। ਛੋਟੇ ਹੁੰਦੇ ਉਹ ਪਟਕਾ ਬਣ ਕੇ ਰੱਖਦਾ ਹੁੰਦਾ ਸੀ ਅਤੇ ਪੜ੍ਹਾਈ ਵਿੱਚ ਵਧੀਆ ਸੀ। ਅਤੇ ਜਿਸ ਤਰ੍ਹਾਂ ਆਪਣੇ ਛੋਟੀ ਕਲਾਸਿਸ ਵਿੱਚ ਬਾਲ ਸ਼ਿਵਰ ਹੁੰਦੇ ਆ, ਛੋਟੇ ਬੱਚਿਆਂ ਦੇ ਬਾਲ ਸਭਾ ਹੁੰਦੀ ਹੈ, ਉਹਦੇ ਵਿੱਚੋਂ ਸ਼ੁਰੂ ਤੋਂ ਹੀ ਪੋਇਮਾਂ ਵਗੈਰਾ ਗੀਤ ਗਾਉਂਦਾ ਸੀ। ਜਿਸ ਤਰ੍ਹਾਂ ਵੀ ਜੇ ਛੋਟੀ ਕਲਾਸ ਵਿੱਚ ਬੱਚੇ ਗਾਉਂਦੇ ਆ ਨਾ ਪੋਇਮਾਂ, ਉਸ ਤਰ੍ਹਾਂ ਦੇ ਉਸ ਟਾਈਪ ਦੇ ਗਾਉਂਦਾ ਸੀ। ਪਰ ਚਲੋ ਜਦੋਂ ਬੜਾ ਹੁੰਦਾ ਗਿਆ ਤਾਂ ਉਹਦੇ ਅਲੱਗ ਸ਼ੌਂਕ ਹੁੰਦੇ ਗਏ। ਫਿਰ ਅੱਗੇ ਬੜੀ ਕਲਾਸਿਸ ਵਿੱਚ ਉਹ 4th-5th ਵਿੱਚ ਉਹਨੇ ਗਾਣਾ ਸ਼ੁਰੂ ਕੀਤਾ, ਪੰਜਾਬੀ ਗੀਤ ਗਾਉਣ ਲੱਗ ਗਿਆ ਸੀ। ਸੁਭਾਅ ਦਾ ਬਹੁਤ ਜ਼ਿਆਦਾ ਨਰਮ ਸੀ ਅਤੇ ਸਾਰੇ ਬੱਚਿਆਂ ਨਾਲ ਮਿਕਸਅਪ ਹੋ ਕੇ ਰਹਿੰਦਾ ਸੀ ਅਤੇ ਟੀਚਰਸ ਦੀ ਰਿਸਪੈਕਟ ਕਰਨ ਵਾਲਾ। ਅਤੇ ਉਹ ਜਿਸ ਤਰ੍ਹਾਂ ਸ਼ੁਰੂ ਤੋਂ ਹੀ ਬੱਚਿਆਂ ਨੂੰ ਸਿਖਾਇਆ ਜਾਂਦਾ, ਮੈਨਰ ਸਿਖਾਏ ਜਾਂਦੇ ਆ ਕਿ ਬੜਿਆਂ ਦੇ ਪੈਰਾਂ ਨੂੰ ਫੀਟ ਟੱਚ ਕਰਨੇ ਹੈ, ਅਤੇ ਇਸ ਤਰ੍ਹਾਂ ਦਾ ਸੀਗਾ ਕਿ ਉਹ ਸਾਰਿਆਂ 'ਚ ਮਿਕਸਅਪ ਹੋ ਕੇ ਰਹਿਣ ਵਾਲਾ ਅਤੇ ਟੀਚਰਸ ਦਾ ਪੂਰੀ ਰਿਸਪੈਕਟ ਕਰਨ ਵਾਲਾ। ਜਬ ਮੈਂ ਇਸ ਵਿਦਿਆਲਿਆ ਮੈਂ ਆਇਆ ਥਾ ਅਤੇ ਉਸ ਵਕਤ ਸਿੱਧੂ 10th ਪਾਸ ਕੀਤੀ ਸੀ। ਉਸ ਤੋਂ ਬਾਅਦ ਟੀਚਰ 'ਤੇ ਤਾਂ ਸੁਣਨ ਨੂੰ ਜ਼ਰੂਰ ਮਿਲਿਆ ਕਿ ਆਪਣੇ ਸਕੂਲ ਦਾ ਸਟੂਡੈਂਟ ਹੈ। ਪਰਸਨਲੀ ਮੇਰੀ ਮੁਲਾਕਾਤ ਹੋਈ ਸੀ ਜਿਸ ਵੇਲੇ ਇੱਕ ਵਾਰ ਉਹ ਸਕੂਲ ਆਏ ਥੇ ਵੈਸੇ ਮਿਲਣੇ ਵਾਸਤੇ, ਅਤੇ ਔਫਿਸ 'ਚ ਬੈਠੇ ਗੱਪ ਸ਼ੱਪ ਲਗਾਈ, ਬਹੁਤ ਅੱਛਾ ਲੱਗਿਆ। ਨੇਚਰ ਬਹੁਤ ਅੱਛੀ ਔਰ ਬਿਲਕੁਲ ਡਾਊਨ ਟੂ ਅਰਥ। ਟੀਚਰਸ ਦੇ ਨਾਲ ਜੋ ਉਹਨਾਂ ਦਾ ਪਿਆਰ ਔਰ ਰਿਸਪੈਕਟ ਔਰ ਸਕੂਲ ਦੇ ਪ੍ਰਤੀ ਜੋ ਰਿਸਪੈਕਟ ਸੀ, ਉਹ ਮਤਲਬ ਬਹੁਤ ਹੀ ਵਿਰਲੇ ਸਟੂਡੈਂਟ ਐਸੇ ਹੁੰਦੇ ਜਿਨ੍ਹਾਂ ਦੀ ਜਿਤਨੇ ਬੜੇ ਉਹ ਸੈਲੀਬ੍ਰਿਟੀ ਥੇ, ਉਸ ਤਰੀਕੇ ਨਾਲ ਅਗਰ ਦੇਖਿਆ ਜਾਵੇ ਤਾਂ ਉਹ ਬਹੁਤ ਹੀ ਜ਼ਿਆਦਾ ਵਿਨਮਰ ਉਹਨਾਂ ਦਾ ਸੁਭਾਅ ਥਾ ਔਰ ਉਹਨਾਂ ਦੇ ਮਾਤਾ ਪਿਤਾ ਵੀ ਬਹੁਤ ਜ਼ਿਆਦਾ ਵਿਨਮਰ ਸੁਭਾਅ ਦੇ ਥੇ ਔਰ ਬੜੇ ਡਾਊਨ ਟੂ ਅਰਥ। ਸਿੱਧੂ ਮੂਸੇਵਾਲਾ ਦੀ ਦਿੱਖ ਬਿਲਕੁਲ ਵੱਖ ਸੀ। ਹੋਰ ਬੱਚਿਆਂ ਵਾਂਗ ਖੇਡਣ ਦੀ ਥਾਂ ਉਹ ਬਚਪਨ ਤੋਂ ਹੀ ਗੀਤ ਲਿਖਿਆ ਕਰਦੇ ਸੀ ਤੇ ਇਹਨਾਂ ਸੰਘਰਸ਼ ਦੇ ਦਿਨਾਂ ਤੋਂ ਗੁਜ਼ਰ ਬੁਲੰਦੀਆਂ ਹਾਸਲ ਕੀਤੀਆਂ ਸਨ। ਸ਼ੁਭਦੀਪ ਮਤਲਬ ਜਿਸ ਤਰ੍ਹਾਂ ਪਹਿਲਾਂ ਇਹਨਾਂ ਕੋਲ ਹੁੰਦਾ ਸੀ ਦੀਦੀ ਕੋਲ ਨਰਸਰੀ 'ਚ ਸੀ, ਉਸ ਤੋਂ ਬਾਅਦ 4th ਕਲਾਸ 'ਚ ਮਤਲਬ ਸਭ ਤੋਂ ਪਹਿਲਾਂ ਉਹਨੇ ਗੀਤ ਵਗੈਰਾ ਗਾਉਣ ਦਾ ਸਟੇਜ 'ਤੇ ਆਉਣ ਦਾ ਕੰਮ 4th ਕਲਾਸ ਸ਼ੁਰੂ ਕੀਤਾ ਸੀ। ਜਿਸ ਤਰ੍ਹਾਂ ਸਾਡੇ ਬਾਲ ਸ਼ਿਵਰ ਵਗੈਰਾ ਸਾਡੇ ਵਿੱਦਿਆ ਭਾਰਤੀ ਸਕੂਲ ਦੇ ਆਪਸ ਕੰਪੀਟੀਸ਼ਨ ਹੁੰਦੇ, ਇੰਟਰ ਸਕੂਲ ਕੰਪੀਟੀਸ਼ਨ ਹੁੰਦਾ ਬਾਲ ਸ਼ਿਵਰ ਵਗੈਰਾ, ਤਾਂ ਉਹਨਾਂ ਦੇ ਵਿੱਚ ਸਭ ਤੋਂ ਪਹਿਲਾਂ ਉਹਨੇ 4th ਕਲਾਸ ਦੇ ਵਿੱਚ ਬਾਰ ਗਾਉਣੀ ਸ਼ੁਰੂ ਕੀਤੀ ਸੀਗੀ। ਮਤਲਬ ਸਭ ਤੋਂ ਪਹਿਲਾਂ ਉਹਦਾ ਸਟੇਜ ਚੜ੍ਹਨ ਤੋਂ ਬਾਅਦ ਉਹਨੇ ਸਭ ਤੋਂ ਪਹਿਲਾਂ ਉਹਨੇ ਬਾਰ ਗਾਈ ਸੀ। ਬਾਰ ਤੋਂ ਬਾਅਦ ਬਾਰ ਗਾਇਨ ਦੇ ਵਿੱਚ ਜਿਸ ਤਰ੍ਹਾਂ ਸਾਡੇ ਵਿੱਦਿਆ ਭਾਰਤੀ ਦੇ ਕੰਪੀਟੀਸ਼ਨ ਹੁੰਦੇ ਆ, ਤਾਂ ਉਹਦੀ ਸਭ ਤੋਂ ਪਹਿਲਾਂ 2nd ਪੁਜੀਸ਼ਨ ਆਈ ਸੀ। ਉੱਥੋਂ ਪ੍ਰੇਰਿਤ ਹੋ ਕੇ ਮੈਡਮ ਜੀ ਮੈਂ ਗਾਹਾਂ ਵੀ ਚਾਹੂੰਗਾ, 1st ਵੀ ਆਉਣਾ ਜੀ, ਮਤਲਬ ਇਸ ਉਹਦਾ ਇੰਟਰਸਟ ਵੱਧਦਾ ਗਿਆ। ਲੇਕਿਨ ਉਹ ਜਦੋਂ ਅਸੀਂ ਜਿਸ ਤਰ੍ਹਾਂ ਕੋਈ ਸਾਡਾ ਗੇਮ ਪੀਰੀਅਡ ਹੁੰਦਾ ਸੀ ਤਾਂ ਬਾਕੀ ਬੱਚੇ ਜਿਸ ਤਰ੍ਹਾਂ ਖੇਡਦੇ ਸੀ, ਉਹਨੇ ਕਾਪੀ ਪੈਨ ਲੈ ਕੇ ਜਾਣਾ ਗਰਾਊਂਡ 'ਚ ਬੈਠ ਕੇ ਇੱਕ ਸਾਈਡ 'ਤੇ ਲਿਖਦੇ ਰਹਿਣਾ। ਪਰ ਮਤਲਬ ਕੋਈ ਉਹਦੀ ਸੁਭਾਅ ਇਸ ਤਰ੍ਹਾਂ ਦਾ ਨਹੀਂ ਕਹਿ ਸਕਦਾ ਵੀ ਇਹ ਕੋਈ ਮਾੜਾ ਸੁਭਾਅ ਦਾ ਬੱਚਾ ਸੀ। ਵੈਸੇ ਤਾਂ ਬੱਚੇ ਸਾਰੇ ਵਧੀਆ ਹੁੰਦੇ ਨੇ, ਪਰ ਇੱਕ ਉਹਦੇ ਵਿੱਚ ਅਲੱਗ ਦਿੱਖ ਸੀ, ਅਲੱਗ ਲੱਗਦਾ ਸੀ ਕਲਾਸ ਵਿੱਚ ਬੈਠਾ ਹੋਇਆ ਬੱਚਾ, ਜਿਵੇਂ ਅਸੀਂ ਬੱਚਿਆਂ ਨੂੰ ਕੁਛ ਕਹਿਣਾ ਕੁਛ ਗਾਉਣ ਵਾਸਤੇ ਕਲਾਸ ਦੇ ਵਿੱਚ ਹੀ ਕਿਸੇ ਦਿਨ ਫਰੀ ਪੀਰੀਅਡ ਦੇ ਵਿੱਚ, ਬਾਕੀ ਬੱਚਿਆਂ ਨੇ ਸ਼ਰਮਾਉਣਾ, ਉਹਨੇ ਖੁਦ ਕਹਿਣਾ ਵੀ ਦੀਦੀ ਮੈਂ ਗਾਵਾਂ ਮੈਂ ਸੁਣਾਵਾਂ। ਸਭ ਤੋਂ ਵੱਡੀ ਖਾਸੀਅਤ ਇਹ ਸੀ ਵੀ ਉਹਨੇ ਐਟ ਏ ਟਾਈਮ 2 ਲਾਈਨਾਂ ਜੋੜਨੀਆਂ, 4 ਲਾਈਨਾਂ ਜੋੜਨੀਆਂ ਅਤੇ ਸੁਣਾ ਦੇਣੀਆਂ। ਜੇ ਉਹਨੇ ਅਸੀਂ ਕਹਿਣਾ ਵੀ ਦੇਸ਼ ਦੇ ਉੱਤੇ ਸੁਣਾ ਦੇ ਤਾਂ ਦੇਸ਼ ਦੇ ਉੱਤੇ ਹੀ ਸੁਣਾ ਦੇਣਾ। ਜ਼ਿਆਦਾਤਰ ਜਿਵੇਂ ਆਪਣੀ ਮਿੱਟੀ ਨਾਲ ਹੀ ਜੁੜਿਆ ਹੋਇਆ ਸੀ, ਆਪਣੀ ਮਿੱਟੀ ਨਾਲ ਹੀ ਜੁੜੇ ਹੋਏ ਗੀਤ ਸੁਣਾਉਂਦਾ ਸੀ ਸਾਨੂੰ ਕਲਾਸ ਦੇ ਵਿੱਚ ਵੀ।
मानसा दे स्कूल चेतन सिंह सर्वतकारी सीनियर सेकेंडरी विद्या मंदिर च पढ़दे होए सिद्धू इसे स्कूल च हर साल हुंदे प्रोग्रामा दे विच गीत गा सिखरा तक पहुंचिया सी। तिन्हां क्लासा दे बेंचा ते बैठी उसने अपने अध्यापका तो सतिकार ते प्यार सिखिया अते वखरे नूर नाल पूरी दुनिया नू अपने हुनर नाल रुशनाया। सो सिद्धू मूसे वाले नू याद करदे आं, उहदे जन्मदिन ते याद करदे आं, उहदे स्कूल पहुंचे आं, टीचर उहदे साडे नाल ने और इह उहदा क्लासरूम है। मैम कित्थे क बहिंदा हुंदा सी सिद्धू? हां जी, उह फर्स्ट रो है, जो फर्स्ट रो जी, लास्ट सेकंड या थर्ड, उस बेंच ते बैठदा सी। लास्ट जां सेकंड? लास्ट तो सेकंड और थर्ड। सेकंड या थर्ड? हां जी हां जी। अच्छा, उत्थे बैठना हुंदा? हां जी। ओके, ये केड़ी क्लास है? ये 10th बी क्लास सी सर। 10th बी? हां जी। ओके, लास्ट ओदी साडे कोल 10th क्लास ही कीती है जी नी, 10th बी क्लास से बी सेक्शन च हुंदा सी। जो भी फ्री पीरियड होना कॉपी लेके कॉपी पेन लेके लिखे, इस तरह नहीं सी बच्चे जिस तरह कोई फ्री पीरियड है बच्चे शरारत कर रहे ने उत्ते पिछे बैठ के दो चार लाइन लिखते रहना। लास्ट वाला बेंच थर्ड लास्ट या फिर सेकंड लास्ट ते अक्सर बहिंदा हुंदा सी, आले बेंचेस ते बैठ के सिद्धू पढ़े है और अज उहदे जन्मदिन ते इह उहदियां यादां ने। हुण सिद्धू मूसे वाला शुभदीप साडे विचकार नहीं रहा पर वो गीतां दे जरिए अपनी आवाज़ दे जरिए जिउंदा रहेगा हमेशा, और गीत और आवाज़ है जिहड़ी वो इमॉर्टल हुंदी है, वो कदे मरदी नहीं।